ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰ ਰਹੇ ਆ ਅਸੀਂ ਹੁਣ ਕਮਿੰਗ ਇਨਟੇਕਸ ਦੀ ਗੱਲ ਕਰਾਂਗੇ ਸਟੂਡੈਂਟਸ ਦੇ ਬਹੁਤ ਸਾਰੇ ਸਵਾਲ ਨੇ ਜੀ ਕਿ ਇਸ ਤਰ੍ਹਾਂ ਦੀ ਫੀਲਡ ਵਾਲਿਆਂ ਨੂੰ ਬਹੁਤ ਜ਼ਿਆਦਾ ਪ੍ਰਾਇਓਰਟੀ ਤੇ ਜੋ ਹੈ ਰਿਜ਼ਲਟਸ ਆਪਾਂ ਵਧੀਆ ਦੇਖ ਪਾ ਰਹੇ ਆ ਜਾਂ ਪ੍ਰੋਸੈਸਿੰਗ ਟਾਈਮ ਕਿੰਨਾ ਕੁ ਚੱਲ ਰਿਹਾ ਹੈ ਇਸ ਦੇ ਬਾਰੇ ਤਾਂ ਅਸੀਂ ਲਗਾਤਾਰ ਹੁਣ ਸਟੂਡੈਂਟ ਨੂੰ ਗਾਈਡ ਕਰ ਹੀ ਰਹੇ ਆ ਤਾਂ ਕਿ ਸਾਡੀ ਜਿਹੜੀ ਵੀ ਵੀਡੀਓ ਦੇ ਨਾਲ ਸਟੂਡੈਂਟ ਜੁੜਦੇ ਨੇ ਉਹਨਾਂ ਨੂੰ ਹੁਣ ਅਪਡੇਟ ਮਿਲਦਾ ਰਹੇ ਤਾਂ ਕਿ ਟਾਈਮਲੀ ਤੁਸੀਂ ਅਪਲਾਈ ਕਰ ਸੋ ਸਹੀ ਢੰਗ ਦੇ ਨਾਲ ਅਪਲਾਈ ਕਰ ਸਕੋ ਅਤੇ ਸਹੀ ਆਪਸ਼ਨਸ ਦੇ ਨਾਲ ਲੱਗੇ ਵਾਦੇ ਹੋਏ ਆਪਣਾ ਵੀਜ਼ਾ ਹਾਸਲ ਕਰੋ ਤੋ ਕਈ ਖਾਸ ਗੱਲਾਂ ਤੁਹਾਨੂੰ ਸਮਝਾਉਣਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵਿਨਾ ਗੋਇਲ ਮੈਮ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਜੀ ਸੋ ਸਾਰੇ ਸਟੂਡੈਂਟਸ ਜਾਣਦੇ ਹੀ ਨੇ ਕਿ ਵੀਨਾ मैम ਦਾ ਤਕਰੀਬਨ 26-27 ਸਾਲਾਂ ਦਾ ਐਕਸਪੀਰੀਅੰਸ ਹੈ ਬਹੁਤ سارے ਸਟੂਡੈਂਟਸ ਲਗਾਤਾਰ ਇਨ ਆ ਵੀਡੀਓਜ਼ ਦੇ ਜ਼ਰੀਏ ਔਰ मैम ਜਿਹੜੇ ਲਾਈਵ ਸੈਸ਼ਨ ਲੈਂਦੇ ਨੇ ਉਸ ਦੇ ਵਿੱਚ ਵੀ ਬਹੁਤ سارے ਸਟੂਡੈਂਟਸ ਲਗਾਤਾਰ मैम ਦੇ ਨਾਲ ਜੁੜਦੇ ਨੇ ਬਹੁਤ سارے ਸਟੂਡੈਂਟਸ ਦੀ ਪ੍ਰੋਬਲਮਸ ਆ ਸੋਲੂਸ਼ਨ ਉਹਨਾਂ ਲਾਈਵ ਸੈਸ਼ਨਸ ਵਿੱਚ ਮਿਲ ਪਾਂਦਾ ਹੈ ਸਟੂਡੈਂਟਸ मैम ਨੂੰ ਮਿਲਣ ਵੀ ਆਉਂਦੇ ਨੇ ਫੋਨ ਕਾਲਸ ਦੇ ਜ਼ਰੀਏ ਵੀ ਜੋ ਹੈ ਗਾਈਡੈਂਸ ਲੈਂਦੇ ਨੇ ਤੇ ਇੱਕ ਜ਼ਰੀਆ ਅਸੀਂ ਜਿਹੜੀ ਇਹ ਵੀਡੀਓਜ਼ ਵੀ ਬਣਾਇਆ ਕਿ मैम ਤੋਂ ਸਹੀ ਸਲਾਹ ਤੁਹਾਡੇ ਤੱਕ ਪਹੁੰਚਾਈਏ मैम ਆਸਟ੍ਰੇਲੀਆ ਸਟੱਡੀ ਵੀਜ਼ਾ ਪਹਿਲਾਂ ਤੱਕ ਆਪਾਂ ਦੇਖ ਰਹੇ ਸੀ ਕਿ ਬੋਸਟ੍ਰਿਕ ਚੱਲ ਰਿਹਾ ਸੀ ਪਰ ਹਾਲ ਦੀ ਘੜੀ ਵਿੱਚ ਚੰਗੇ ਆਪਾਂ ਪ੍ਰੋਸੈਸਿੰਗ ਟਾਈਮ ਵੀ ਦੇਖ ਰਹੇ ਆ ਰਿਜ਼ਲਟ ਵੀ ਚੰਗੇ ਆਉਂਦੇ ਦੇਖ ਰਹੇ ਆ ਕਿਸ ਤਰੀਕੇ ਨਾਲ ਦੇਖਿਆ ਜਾਏ ਕਿ ਕੈਨੇਡਾ ਵਿੱਚ ਜਿਹੜੀ ਥੋੜੀ ਪ੍ਰੋਬਲਮ ਚੱਲ ਰਹੀ ਹੈ ਜਾਂ ਯੂਕੇ ਵੱਲੋਂ ਕੁਝ ਰੂਲਸ ਚੇਂਜ ਕਰ ਦਿੱਤੇ ਗਏ ਉਸ ਤੋਂ ਬਾਅਦ ਕੀ ਹੁਣ ਸਟੂਡੈਂਟਸ ਫੋਕਸ ਕਰ ਰਹੇ ਨੇ ਬਹੁਤ ਜ਼ਿਆਦਾ ਆਸਟ੍ਰੇਲੀਆ ਤੇ ਔਰ ਆਸਟ੍ਰੇਲੀਆ ਵੀ ਥੋੜਾ ਲੀਨਿਐਂਟ ਹੁੰਦਾ ਨਜ਼ਰ ਆ ਰਿਹਾ ਸਟੂਡੈਂਟਸ ਦੇ ਲਈ ਹਟ ਜਾਓ ਤਾਂ ਇਦਾਂ ਕਿ ਜਿਹੜਾ ਵੀਜ਼ਾ ਦਾ ਕੋਟਾ ਹੈ ਨਾ ਨੇ ਜ਼ਰੂਰ ਵਧਾਇਆ ਜੀ ਥੋੜਾ ਨਾਰਥੀ ਸਾਈਡ ਤੋਂ ਕੁਝ ਪ੍ਰੋਬਲਮਸ ਵੀ ਦੇਖਣ ਨੂੰ ਮਿਲੀਆਂ ਸਟੂਡੈਂਟਸ ਦੀ ਕਿ ਫੇਕ ਡਾਕੂਮੈਂਟਸ ਗਏ ਆ ਜਾਂ ਫੇਕ ਫਾਈਨੈਂਸ਼ੀਅਲਸ ਗਏ ਆ ਜਿਸ ਕਾਰਨ ਨਾਰਥੀ ਰਿਜੈਕਸ਼ਨ ਵੀ ਜ਼ਿਆਦਾ ਦੇਖਣ ਨੂੰ ਮਿਲੀ ਬਟ ਜਿਹੜੇ ਸਟੂਡੈਂਟਸ ਦਾ ਕਲੀਅਰ ਫਾਈਨੈਂਸ਼ੀਅਲਸ ਹੈ ਅੱਜ ਕੱਲ ਦਾ ਬੈਂਕ ਨਾ ਲੋਨ ਦੇ ਰਿਹਾ ਮੇਰੇ ਖਿਆਲ ਹਰ ਜਗ੍ਹਾ ਤੋਂ ਅਨੁਸਤਾਲ ਮਿਲ ਜਾਣਗੇ ਬੈਂਕ ਦੇ ਜੀ ਬੈਂਕ ਲੋਨ ਬਹੁਤ ਅੱਛੇ ਦੇ ਰਿਹਾ ਇਸ ਟਾਈਮ ਤੇ ਇਨਕਮ ਟੈਕਸ ਰਿਟਰਨ ਤੁਹਾਡੀ ਠੀਕ ਹੋਣ ਔਰ ਤੁਹਾਡੇ ਜੇ ਅਕੈਡੈਮਿਕ ਕਲੀਅਰ ਹੈ ਤੇ ਵੀਜ਼ਾ 'ਚ ਤੁਹਾਡੇ ਕੋਈ ਹਰਡਲ ਨਹੀਂ ਆ ਬਿਲਕੁਲ ਕੋਈ ਹਰਡਲ ਨਹੀਂ ਹੈ ट्रस्ट ਮੀ ਤੁਹਾਡਾ ਜਦ ਬੱਚਾ 10th ਦੇ ਬਾਅਦ ਪੇਰੈਂਟਸ ਦਾ ਧਿਆਨ ਦੇ 8 ਦੇ ਵਿੱਚ ਸਬਜੈਕਟ ਜਿਹੜੇ ਹਨ ਉਹ ਕਈ ਵਾਰੀ ਪੇਂਟਿੰਗ ਰੱਖ ਲਈ ਹਨ ਪੰਜਾਬੀ ਲੈਂਗੁਏਜ ਹੋ ਗਈ ਹਿੰਦੀ ਲੈਂਗੁਏਜ ਹੋ ਗਈ ਪੇਂਟਿੰਗ ਹੋ ਗਈ ਇੰਧਾ ਦੇ ਚੀਜ਼ਾਂ ਜਿਹੜੀ ਆ ਉਹ ਐਕਸੈਪਟੇਬਲ ਨਹੀਂ ਆ ਜੇ ਆਰਟਸ ਦੇ ਵਿੱਚ ਵੀ ਇਹਨਾਂ ਦੇ ਸਬਜੈਕਟਸ ਅੱਛੇ ਆ ਸਾਈਕੋਲੋਜੀ ਰੱਖ ਲੈਂਦੇ ਆ ਹਿਸਟਰੀ ਪੋਲੀਟੀਕਲ ਸਾਇੰਸ ਕੰਪਿਊਟਰ ਐਡੀਸ਼ਨਲ ਰੱਖ ਲਿਆ ਕੁਛ ਅੱਧਾ ਦੇ ਅੱਛੇ ਸਬਜੈਕਟ ਹਨ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆ ਤੁਸੀਂ ਮਤਲਬ ਗੈਪ ਨਾ ਹੋਏ ਪਰਸੈਂਟੇਜ ਠੀਕ ਹੋਏ ਹੁਣ ਜਿਹੜੀ ਆ ਥੋੜੇ ਜੀ ਜਸਟ ਰਿਕਨੈਸ ਆਂਦੀ ਆ ਤੇ ਕੀ ਉਹਨਾਂ ਦੇ ਕੋਲ ਪ੍ਰੋਫਾਈਲ ਬਹੁਤ ਜਾਣ ਲੱਗਦੇ ਆ ਕਿਸਕ ਲਿਕਨਸ ਵੀ ਕਾ ਤਾਂ ਆਂਦੀ ਹਰਜੋਤ ਕਿ ਜਦ ਬਹੁਤ ਜ਼ਿਆਦਾ ਡਿਮਾਂਡ ਵਾਜ ਜਾਂਦੀ ਕਿਸੇ ਕੰਟਰੀ ਦੀ ਔਰ ਆਲ ਓਵਰ ਵਰਲਡ ਤੋਂ ਉਹਨਾਂ ਦੇ ਕੋਲ ਜ਼ਿਆਦਾ ਕੇਸ ਆ ਰਹੇ ਨੇ ਕਿ ਕਪੈਸਿਟੀ ਨਹੀਂ ਹੈ ਨੈਚੁਰਲ ਉਹ ਫਿਰ ਨਖਰੇ ਦਿਖਾਣਾ ਸ਼ੁਰੂ ਕਰ ਦਿੰਦੇ ਆ ਤੇ ਜਿਹੜੇ ਤੁਸੀਂ ਇਹ ਦੇਖੋ ਕਿ ਜਦ ਬੱਚੇ ਦਾ ਪ੍ਰੋਫਾਈਲ ਅੱਛਾ ਹੋਏਗਾ ਬੱਚਾ ਉੱਥੇ ਜਾ ਕੇ ਕੋਈ ਪ੍ਰੋਬਲਮ ਨਹੀਂ ਆ ਰਹੀ ਹੈ ਪੜ ਰਿਹਾ ਹੈ ਤੇ ਕਦੀ ਵੀਜ਼ਿਆਂ 'ਚ ਕਦੀ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਆ ਮੇਕ ਸ਼ੋਰ ਕਿ ਤੁਹਾਡਾ ਜਿਹੜਾ ਪਰਸੈਂਟੇਜ ਅੱਛੀ ਹੋਏ 65 ਪਰਸੈਂਟ ਮਿਨੀਮਮ ਮੰਗ ਰਿਹਾ ਇਸ ਟਾਈਮ 60 65% ਗ੍ਰੈਜੂਏਸ਼ਨ ਵਾਲਿਆਂ ਦੀ 60% ਔਰ ਪਲੱਸ 2 ਵਾਲਿਆਂ ਦੀ 65% 70% 75 ਡਿਪੈਂਡ ਕਰਦਾ ਹਰ ਯੂਨੀਵਰਸਿਟੀ ਦਾ ਕ੍ਰਾਈਟੇਰੀਆ ਅਲੱਗ ਹੈ ਸਬਜੈਕਟਸ ਅੱਛੇ ਹੋਣ ਤੁਹਾਡੇ ਆਲਸ ਦਾ ਸਕੋਰ ਅੱਛਾ ਹੋਏ 6 ਬੈਂਡ ਈ ਚ ਹੋਣ ਤੇ ਬਹੁਤ ਅੱਛਾ ਹੈ 6 ਬੈਂਡ ਨਾਟ ਲੈਸ ਦਨ 5.5 ਚ ਬਹੁਤ ਕੱਟ ਚੁਆਇਸ ਮਿਲਦੀ ਆ ਇਸ ਕਰਕੇ ਯੂ ਸ਼ੁੱਡ ਹੈਵ ਵੈਰੀ ਗੁੱਡ ਸਕੋਰ 6 ਬੈਂਡ ਈ ਚ ਹੋਏ ਔਰ ਹੈਲਥ ਵਾਸਤੇ ਤੇ ਨੈਚੁਰਲ ਸਾਵਨ ਬੈਂਡ ਇਹ ਜੋ ਹੈ ਤੇ ਤੁਹਾਡਾ ਹੋਰ ਅੱਛਾ ਹੋਏਗਾ ਤੁਹਾਨੂੰ ਸਟਰਗਲ ਬਿਲਕੁਲ ਨਹੀਂ ਕਰਨਾ ਪੈਂਦਾ ਤੁਹਾਡੀ ਇਨਕਮ ਟੈਕਸ ਰਿਟਰਨ ਅੱਛੀ ਹੋਣ 10 ਲੱਖ ਤੋਂ ਉੱਪਰ ਜਿਹੜੀ ਹੈ ਇਨਕਮ ਮੰਗੀ ਜਾ ਰਹੀ ਹੈ ਇਸ ਟਾਈਮ ਠੀਕ ਹੈ ਕਿਉਂਕਿ ਵੈਸੇ ਵੀ ਜੇ ਬੱਚਾ ਬਾਹਰ ਪੜਨ ਜਾ ਰਿਹਾ ਹੈ ਉਹਦੀ ਫੀਸ ਹੀ ਆਲਮੋਸਟ 30000 ਡਾਲਰ ਤੇ ਮਿਨੀਮਮ ਮੰਨ ਕੇ ਅਸੀਂ ਚੱਲਦੇ ਆਂ ਤੇ 30000 ਡਾਲਰ ਵਾਸਤੇ ਇਨਕਮ ਜੇ ਪੇਰੈਂਟਸ ਦੀ ਠੀਕ ਹੈ ਤਾਂ ਹੀ ਉਹ 8 ਸਾਲ ਉਹਦੀ ਫੀਸ ਭਰ ਸਕਦੇ ਹੈ ਜਿਹੜਾ ਅੰਬੈਸਡਰ ਦਾ ਮੰਨ ਹੈ ਤੇ ਇਸੇ ਕਰਕੇ ਵਨ ਉਹ ਖਾਲੀ ਕਹਿੰਦੇ ਤੁਸੀਂ 3 ਸਾਲ ਦੇ ਲਿਵਿੰਗ ਐਕਸਪੈਂਸਸ ਨਹੀਂ ਸ਼ੋ ਕਰਨੇ ਤੁਸੀਂ ਖਾਲੀ 1 ਇਅਰ ਦੇ ਲਿਵਿੰਗ ਐਕਸਪੈਂਸਸ ਸ਼ੋ ਕਰਨੇ 1 ਇਅਰ ਦੀ ਫੀਸ ਜੇ ਤੁਸੀਂ ਫੀਸ 1 ਇਅਰ ਦੀ ਪੇ ਕਰਦੇ ਸਪੋਜ਼ ਫੀਸ ਤੁਹਾਡੀ ਹੈ 30 32000 ਡਾਲਰ 3000 4000 ਤੁਹਾਨੂੰ ਬਰਥਡੇ ਮਿਲ ਗਈ 26 27000 ਡਾਲਰ ਫੀਸ ਆ ਗਈ ਸਪੋਜ਼ ਕਰ ਰਹੇ ਹਾਂ ਹਰ ਯੂਨੀਵਰਸਿਟੀ ਦਾ ਅਲੱਗ-ਅਲੱਗ ਹੈ ਤੁਸੀਂ ਉਹ ਫੀਸ ਪੇ ਕਰਦੇ ਤੇ ਤੁਸੀਂ 24000 ਡਾਲਰ ਪਲੱਸ ਟਰੈਵਲ ਐਕਸਪੈਂਸਸ 2000 ਡਾਲਰ ਮਿਲਾ ਕੇ 26000 ਡਾਲਰ ਤੁਸੀਂ ਸ਼ੋਅ ਕਰਨਾ ਹੁਣ 26000 ਡਾਲਰ ਤੁਸੀਂ ਲਾ ਲੋ 14-15 ਲੱਖ ਆਏਗਾ ਤੇ 14-15 ਲੱਖ ਤੇ ਤੁਸੀਂ ਫੀਸ ਆਪਣੀ 1 ਇਅਰ ਦੀ ਪੇ ਕਰਕੇ ਥਿਸ ਇਜ਼ ਸੱਚ ਇਜ਼ੀ ਵੀਜ਼ਾ ਪ੍ਰੋਸੈਸ ਜੀਟੀ ਲੋਕਾਂ ਦੇ ਨਿਕਲ ਨਹੀਂ ਰਹੀ ਹੈ ਥੈਟ ਇਜ਼ ਮਾਈ ਚੈਲੰਜ ਕਿ ਜੋ ਤੁਹਾਡਾ ਪ੍ਰੋਫਾਈਲ ਅਸੀਂ ਐਕਸੈਪਟ ਕਰ ਰਹੇ ਹਾਂ ਤੁਹਾਨੂੰ ਜੀਟੀ within 1 week 10 days ਨਿਕਲਵਾ ਕੇ ਦੇਵਾਂਗੇ ਬਟ ਇਹ ਨਖਰੇ ਨਹੀਂ ਚੱਲਣੇ ਕਿ ਮੈਂ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਬਿਕੋਜ਼ ਨਾਊ ਯੂ ਆਰ ਨਾਟ chooser ਯੂ ਆਰ beggar right now ਬਿਕੋਜ਼ ਚੂজিং ਕਦੋਂ ਹੁੰਦੀ ਹੈ ਕਿ ਜੇ ਤੁਹਾਡਾ CBSE ਦੇ ਵਿੱਚ ਤੁਸੀਂ ਆਪਣਾ +2 ਕੀਤਾ ਹੋਇਆ ਹੈ ਠੀਕ ਹੈ ਜਾਂ ਤੁਹਾਡੀ ਜਿਹੜੀ ਗ੍ਰੈਜੂਏਸ਼ਨ ਆ ਉਸ ਸੈਕਸ਼ਨ 1 ਯੂਨੀਵਰਸਿਟੀ ਦੀ ਹੈ ਤੁਹਾਡੇ ਸਬਜੈਕਟਸ ਅੱਛੇ ਆ ਤੁਹਾਡਾ ਆਇਲ ਸਕੋਰ ਅੱਛਾ ਹੈ ਤੁਡੇ ਪੇਰੈਂਟ ਜਿਹੜੇ ਜੋਬ 'ਚ ਹੈ ਜਾਂ ਉਹਨਾਂ ਦੀ ਕਲੀਅਰ ਕਟ ਜਿਹੜੀ ਹੈ ਆਈਟੀਆਰ ਹਨ ਫੰਡ ਉਹਨਾਂ ਦੇ ਕਲੀਅਰ ਰੱਖਿਆ ਹੋਇਆ ਦੈਨ ਯੂ ਆਰ ਚੂਜ਼ ਠੀਕ ਹੈ ਜੇ ਕਿਸੇ ਵੀ ਚੀਜ਼ ਤੋਂ ਤੁਸੀਂ ਕੰਪਰੋਮਾਈਜ਼ ਕਰ ਰਹੇ ਹੋ ਦੈਨ ਯੂ ਹੈਵ ਟੂ ਬੈਗ ਜਿੱਥੇ ਤੁਹਾਨੂੰ ਸੀਟ ਮਿਲ ਰਹੀ ਹੈ ਜੇ ਤੁਸੀਂ ਆਸਟ੍ਰੇਲੀਆ ਪਹੁੰਚਣਾ ਹੈ ਦੈਨ ਤੁਸੀਂ ਉਸ ਯੂਨੀਵਰਸਿਟੀ ਚ ਲੈ ਲਓ ਜੇ ਤੁਸੀਂ ਬੜੇ ਨਖਰੇ ਦਿਖਾਓਗੇ ਤੁਹਾਡੇ ਉਥੋਂ ਯੂਨੀਵਰਸਿਟੀ ਨਿਕਲ ਜਾਏਗੀ ਹੋ ਸਕਦਾ ਮਿਲਣੇ ਬਾਅਦ ਉਹ ਵੀ ਆਪਣਾ ਸਿਲੈਕਸ਼ਨ ਕ੍ਰਾਈਟੇਰੀਆ ਚੇਂਜ ਕਰ ਦੇ ਬਹੁਤ ਸਟ੍ਰਿਕਟ ਹੋ ਜਾਏ ਤੇ ਜਿਹੜੀ ਤੁਹਾਡੇ ਹੱਥ ਚ ਆਈ ਸੀ ਉਹ ਵੀ ਨਹੀਂ ਆਣੀ ਬਿਲਕੁਲ ਬਿਲਕੁਲ ਸੋ ਇਹ ਉਹ ਖਾਸ ਗੱਲਾਂ ਨੇ ਜਿਤੇ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਟਾਈਮਲੀ ਤੁਹਾਡਾ ਪ੍ਰੋਸੈਸ ਵੀ ਕੰਪਲੀਟ ਹੋਵੇ ਸਹੀ ਢੰਗ ਦੇ ਨਾਲ ਹੋਵੇ ਟਾਈਮਲੀ ਤੁਹਾਨੂੰ ਜੋ ਹੈ ਸੀਟ ਮਿਲ ਸਕੇ ਤੁਸੀਂ ਜਿਹੜੇ ਕੋਰਸ ਵਿੱਚ ਜਾਣਾ ਚਾਹੁੰਦੇ ਹੋ ਕੋਰਸ ਤੁਹਾਨੂੰ ਮਿਲ ਸਕੇ ਇਸ ਲਈ ਮਾਹਿਰ ਤਜਰਬੇਕਾਰ ਕੰਸਲਟੈਂਟ ਦੀ ਸਲਾਹ ਲੈਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕੋਈ ਸਵਾਲ ਹੈ ਡਾਊਟ ਹੈ ਨੰਬਰ ਜੋ ডিসਪਲੇਸ ਉੱਪਰ ਤੁਸੀਂ ਕਾਲ ਕਰਕੇ ਵੀ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ ਨੈਵੀਗੇਟਰਸ ਓਵਰ ਸੀਜ਼ ਦੇ ਆਫਿਸ ਵਿੱਚ ਵਿਜ਼ਿਟ ਕਰ ਸਕਦੇ ਹੋ ਡਾਕੂਮੈਂਟ ਜ਼ਰੂਰ ਲੈ ਕੇ ਆਣਾ ਤਾਂ ਕਿ ਅਸੈਸਮੈਂਟ ਕਰਕੇ ਤੁਹਾਨੂੰ ਰਾਈਟ ਕੀਤੀਆਂ ਜਾ ਸਕਣ ਨੂੰ ਬਹੁਤ ਬਹੁਤ ਥੈਂਕਸ ਮੈਮ ਤੁਸੀਂ ਅੱਜ ਇੱਕ ਵਾਰ ਫਿਰ ਤੋਂ ਜੋ ਹੈ ਸਟੂਡੈਂਟਸ ਨੂੰ ਸਹੀ ਢੰਗ ਨਾਲ ਗਾਈਡ ਕੀਤਾ ਕਿ ਕਿਵੇਂ ਉਹ ਕਮਿੰਗ ਇਨ ਟੇਕਸ ਲਈ ਅਪਲਾਈ ਕਰਨ ਸਹੀ ਢੰਗ ਦੇ ਨਾਲ ਸੋ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ so much ਥੈਂਕ ਯੂ